किसानों को सिखी के साथ जोड़ने के मकसद से लुधियाना में करवाया गया धार्मिक कार्यक्रम, जिसमें बच्चों को ज्यादा से ज्यादा सिखी का महत्व बताया गया और इस दौरान क्वेश्चन आंसर राउंड भी करवाए गए, सही जवाब देने वाले को इनाम भी बांटे गए। प्रबंधकों से जानते हैं इसके बारे में उनका क्या कहना है। ਸਮਾਗਮ ਕਰਾਇਆ ਗਿਆ ਗੁਰੂ ਸਟੱਡੀ ਸਰਕਲ ਦੇ ਵਿੱਚ, ਬੱਚਿਆਂ ਨੂੰ ਸਿੱਖੀ ਨਾਲ ਜੋੜਨ ਵਾਸਤੇ ਕਈ ਤੁਸੀਂ ਉਪਰਾਲੇ ਵੀ ਸ਼ੁਰੂ ਕੀਤੇ, ਉਹਦੇ ਬਾਰੇ ਕੀ ਕਹਿਣਾ? ਦੇਖੋ, ਇਸ ਟਾਈਮ ਇਹ ਬਹੁਤ ਵੱਡੀ ਮੰਗ ਹੈ ਸਮੇਂ ਦੀ ਕਿ ਅਸੀਂ ਆਪਣੇ ਬੱਚੇ ਸਿੱਖੀ ਨਾਲੋਂ ਬਹੁਤ ਦੂਰ ਜਾ ਰਹੇ ਨੇ ਤੇ ਧਰਮ ਨਾਲੋਂ ਟੁੱਟਣ ਦੇ ਕਰਕੇ ਹੀ ਜਿਹੜੀ ਨਸ਼ਿਆਂ ਦੀ ਕੁਰੈਤੀ ਤੇ ਹੋਰ ਕੁਸੰਗਤ ਦੇ ਵਿੱਚ ਬੱਚੇ ਪੈ ਜਾਂਦੇ ਨੇ, ਜਿਹਦੇ ਕਰਕੇ ਬਾਅਦ ਦੇ ਵਿੱਚ ਮਾਪੇ ਵੀ ਪਰੇਸ਼ਾਨ ਹੁੰਦੇ ਨੇ ਤੇ ਅੱਜ ਪੰਜਾਬ ਦੀ ਨੌਜਵਾਨੀ ਦਾ ਵੈਸੇ ਹੀ ਬੜਾ ਬੁਰਾ ਹਾਲ ਹੈ। ਪੰਜਾਬ ਦੀ ਅੱਧੇ ਨਾਲੋਂ ਵੱਧ ਨੌਜਵਾਨੀ ਦੋ ਤਰੀਕੇ ਨੇ, ਜਾਂ ਤਾਂ ਨਸ਼ਿਆਂ ਦੇ ਵਿੱਚ ਫਸ ਕੇ ਗਲਤਾਨ ਨੇ ਤੇ ਜਾਂ ਕੁਰਾਹੇ ਪਏ ਹੋਏ ਨੇ। ਤੇ ਅਸੀਂ ਇਹ ਲੋੜ ਮਹਿਸੂਸ ਕੀਤੀ ਅੱਜ ਤੋਂ 5 ਸਾਲ ਪਹਿਲਾਂ ਕਿ ਜੇ ਬੱਚਿਆਂ ਦੀ ਛੋਟੀ ਉਮਰ ਦੇ ਵਿੱਚ ਉਹਨਾਂ ਨੂੰ ਗੁਰਸਿੱਖੀ ਦੇ ਨਾਲ, ਉਹਨਾਂ ਨੂੰ ਬਾਣੀ ਦੇ ਨਾਲ ਵੱਖ ਵੱਖ ਮੁਕਾਬਲਿਆਂ ਦੇ ਰਾਹੀਂ ਜੋੜ ਦਿੱਤਾ ਜਾਏ ਤੇ ਉਹਦੇ ਬਾਅਦ ਕੁਛ ਸਮੇਂ ਬਾਅਦ ਉਹਨਾਂ ਦੇ ਮਾਤਾ ਪਿਤਾ ਨੂੰ ਇਹ ਨੌਬਤ ਨਹੀਂ ਆਏਗੀ ਕਿ ਉਹਨਾਂ ਦੇ ਬੱਚੇ ਕੋਈ ਸੰਗਤ ਵਿੱਚ ਪੈ ਗਏ ਜਾਂ ਕੁਰਾਹੇ ਪੈ ਗਏ। ਸੋ ਇਸ ਕਰਕੇ 5 ਸਾਲ ਪਹਿਲਾਂ ਤੋਂ ਜਿਹੜੀ ਬਾਲਾ ਪ੍ਰੀਤਮ ਸਟੱਡੀ ਸਰਕਲ ਦੀ ਲਹਿਰ ਸ਼ੁਰੂ ਕੀਤੀ ਤੇ ਜਿਹਦੇ ਸਦਕਾ ਅੱਜ 5 ਸਾਲਾਂ ਦੇ ਵਿੱਚ ਲਗਭਗ 1000 ਬੱਚੇ ਇਸ ਲਹਿਰ ਦੇ ਸਦਕਾ ਜੋ ਗੁਰਸਿੱਖੀ ਦੇ ਨਾਲ, ਗੁਰਬਾਣੀ ਦੇ ਨਾਲ, ਕੀਰਤਨ ਦੇ ਨਾਲ, ਜਿੱਥੇ ਉਹ ਆਪਣਾ ਫਰੀ ਸਮਾਂ, ਆਪਣਾ ਸਪੇਅਰ ਸਮਾਂ ਚੰਗੇ ਪਾਸੇ ਲੱਗ ਕੇ, ਗੁਰਸਿੱਖੀ ਵਾਲੇ ਪਾਸੇ ਲੱਗ ਕੇ ਸਪੈਂਡ ਕਰ ਰਹੇ ਨੇ, ਉੱਥੇ ਉਹਨਾਂ ਦੇ ਮਾਤਾ ਪਿਤਾ ਬੇਫਿਕਰੇ ਨੇ ਕਿ ਉਹਨਾਂ ਦੇ ਬੱਚੇ ਚੰਗੇ ਪਾਸੇ ਲੱਗੇ ਨੇ, ਉਹਨਾਂ ਨੂੰ ਉਹਨਾਂ ਦੇ ਫਿਊਚਰ ਦੇ ਵਿੱਚ ਕੋਈ ਵੀ ਫਿਕਰ ਕਰਨ ਦੀ ਲੋੜ ਨਹੀਂ, ਕਿਉਂਕਿ ਜਿੰਨੇ ਆਪਣਾ ਆਸਰਾ ਗੁਰੂ ਪਾਤਸ਼ਾਹ ਨੂੰ ਆਪਣਾ ਆਸਰਾ ਬਣਾ ਲਿਆ, ਆਪਣੇ ਜੀਵਨ ਦੀ ਡੋਰ ਗੁਰੂ ਚਰਨਾਂ ਵਿੱਚ ਸਮਰਪਿਤ ਕਰਤੀ ਤੇ ਉਹਦੇ ਜੀਵਨ ਦੀ ਫਿਰ ਸਾਰੀ ਜਿਹੜੀ ਫਿਕਰ ਹੈ ਉਹ ਗੁਰੂ ਸਾਹਿਬ ਆਪ ਕਰਦੇ ਨੇ। ਸੋ ਇਸ ਕਰਕੇ ਅਸੀਂ ਇਹ ਸੰਸਥਾ ਸ਼ੁਰੂ ਕੀਤੀ ਤੇ ਸਾਡੀ ਸਾਰੀ ਟੀਮ ਹੈ ਤੇ ਜਿਹੜੇ ਕਿ ਸਮੇਂ ਸਮੇਂ ਤੇ ਮੁਕਾਬਲੇ ਕਰਦੇ ਨੇ।